ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਾਂ ਵੀਰ ਜੀ, ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਗਲਾਲੀਪੁਰ, ਤਹਿਸੀਲ ਜ਼ਿਲ੍ਹਾ ਤਰਨ ਤਾਰਨ ਪੈਂਦਾ। ਅਤੇ ਕੋਈ ਵਪਾਰ ਨਹੀਂ ਕਰਦੇ, ਘਰ ਦੇ ਪਸ਼ੂ ਬਾਈ ਉਹਨਾਂ ਦੇ। ਅਤੇ ਆਓ ਹੁਣ ਬਾਈ ਜੀ ਨੇ ਗੱਲਬਾਤ ਕਰੀਏ, ਇਹਨੇ ਪ੍ਰਾਈਸ ਕੀ ਆ, ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਵੀਰ ਜੀ, ਰਿਕੁਐਸਟ ਕਰੋ, ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ। ਵਾਰ ਵਾਰ ਵੀਰ ਜੀ ਇਹ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰਿਆ ਕਰੋ, ਨਾਲੇ ਵੀਡੀਓ ਬਾਤ ਸ਼ੇਅਰ ਕਰ ਦਿਆ ਕਰੋ। ਚਲੋ ਗਾਂਹ ਕਿ ਬੀਜ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਹੋਣੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਤੁਹਾਡਾ ਬਹੁਤ ਬਹੁਤ ਵੈਲਕਮ ਜੀ ਜੀ ਐਂਡ ਵਪਾਰ ਦਾ ਆਪਾਂ ਕਰਦੇ ਨੇ, ਹਨਾ? ਹਾਂਜੀ, ਆਪਣੇ ਘਰ ਦੇ ਜੀ ਡੰਗਰ। ਅੱਛਾ, ਘਰ ਦੇ ਪਸ਼ੂ? ਹਾਂਜੀ, ਠੀਕ ਆ। ਇਹ ਆਪਾਂ ਜੀ ਹਿਸਾਰ ਤੋਂ ਲੈ ਕੇ ਆਏ ਹਾਂ ਮੱਝਾਂ। ਅੱਛਾ, ਉੱਥੋਂ ਲੈ ਕੇ ਆਉਂਦੇ ਆ? ਹਾਂਜੀ ਹਾਂਜੀ, ਠੀਕ। 3 ਸਾਲ ਹੋ ਗਏ ਉਹਨਾਂ ਲਿਆਂਦੇ ਕਣ। ਹਾਂਜੀ ਹਾਂਜੀ, ਤੇ ਹੁਣ ਬੱਚੇ ਹੋ ਗਏ ਨਾਲ, ਜਵਾਨ ਫਲ ਜਿਹੜੇ ਹਰੇ ਤਿਆਰ ਹੋ ਗਏ। ਹਾਂ ਬਿਲਕੁਲ ਜੀ, ਬਿਲਕੁਲ। ਇਹ ਕਰਕੇ ਫਿਰ ਜ਼ਿਆਦਾ ਸਾਂਭੇ ਨਹੀਂ ਜਾਂਦੇ, ਇੱਕ ਜਗ੍ਹਾ ਦੀ ਪ੍ਰੋਬਲਮ ਹੈ। ਨਹੀਂ ਨਹੀਂ, ਚਲੋ ਕੋਈ ਨਹੀਂ, ਸਾਡਾ ਇਰਾਦਾ ਨਾਲੇ 2-4 ਸੇਲ ਕਰ ਲੈਣੇ। ਠੀਕ ਹੈ, ਕਿੰਨੇ ਪਸ਼ੂ ਹੁਣ ਤੇ ਆਪਾਂ ਵੇਚਣੇ ਆ? ਵੇਚਣੇ ਆਪਾਂ ਜੀ 3 ਸੇਲ ਕਰਨੀਆਂ ਜੀ। 3? ਹਾਂਜੀ, ਦੱਸੋ ਫਿਰ ਇਹਦੇ ਬਾਰੇ। ਇਹ ਜੀ ਮੱਝ ਸੂਈ ਨੂੰ ਅੱਜ ਹੋ ਗਏ ਆ ਜੀ 15-16 ਦਿਨ। ਅੱਛਾ, 15-16 ਦਿਨ। ਹਾਂਜੀ, ਠੀਕ ਆ। ਤੇ 20 ਲੀਟਰ ਦੁੱਧ ਤਿਆਰ ਆ, 6 ਵਜੇ ਚੋਈ ਆ। ਹੁਣ ਤੁਸੀਂ ਹਿਸਾਬ ਲਾ ਲਓ ਕਿ 9 ਵਜੇ ਦਾ ਟਾਈਮ ਹੋਣਾ, 9-10 ਵਜੇ ਦਾ। 20 ਕਿਲੋ ਪੱਕਾ ਦੁੱਧ ਤਿਆਰ ਆ? ਠੀਕ ਆ। ਜਿੰਨੀ ਯਾਰ ਮਰਜ਼ੀ ਕੋ ਚੋਵੇ, 4 ਇੰਚ ਚੋਵੇ, 5 ਇੰਚ ਚੋਵੇ। ਤੇ ਬੱਚਾ ਮਗਰ? ਬੱਚਾ ਆ ਫਾਲਿਆ ਤੇ ਮਗਰ ਕੱਟਾ। ਕੱਟੀ ਹੈ ਨਾ? ਕੱਟਾ ਕੱਟਾ ਮਗਰ। ਤੇ ਤੋਰੋ ਜੀ ਵਿਖਾਈਏ। ਲਓ ਜੀ, ਦੇਖੋ 20 ਕਿਲੋ ਦੁੱਧ ਇਸ ਟਾਈਮ ਤਿਆਰ ਆ। ਤੇ ਟਾਈਮ ਵੀ ਮੇਰੇ ਸਾਹਮਣੇ ਅਜੇ 9:30 ਟਾਈਮ ਹੋਇਆ ਪਿਆ। ਤੇ ਚੁਆਈ ਕਿੰਨੇ ਵਜੇ ਸਵੇਰ ਕੀਤੀ ਜੀ ਫਿਰ? 6 ਵਜੇ ਕੀਤੀ ਹੈ ਜੀ। 6 ਵਜੇ ਚੁਆਈ ਕੀਤੀ ਆ, ਆ ਦੇਖੋ ਵੱਡੀ ਮੈਂ ਪੂਰੀ ਜੀ, ਦੇਖੋ ਉਹਨਾਂ ਦੇ। ਤਾਂ ਭਾਅ ਜੀ ਸ਼ਾਮੀ ਵੀ ਫਿਰ 9 ਵਜੇ ਕਰਦੇ ਆ? 6 ਵਜੇ ਸ਼ਾਮਾਂ ਨੂੰ, 6 ਵਜੇ ਸਵੇਰੇ ਜੀ। ਸ਼ਾਮਾਂ ਵੀ 6 ਵਜੇ? ਹਾਂਜੀ, ਠੀਕ ਆ। ਲੈ ਚਲੋ ਉੱਥੇ, ਹਾਂ ਅੰਦਰ ਬੰਦ ਹੋ, ਅੰਦਰ ਬੰਦ ਹੋ, ਬੰਦ ਬੰਦ, ਇੱਥੇ ਬੰਦ ਹੋ। ਠੀਕ, ਚੁਆ ਚੂ ਵਧੀਆ ਬਿਲਕੁਲ ਜੀ, ਮੈਂ ਨਾ ਇੱਕ ਨੰਬਰ ਜੀ। ਚਲੋ ਹਾਂਜੀ, ਫਿਰ ਬੋਲੋ ਭਾਅ ਜੀ ਫਿਰ। ਹਾਂਜੀ, ਕੀ ਮੈਂ ਬੋਲਣ ਦੀ? ਇਹਦੀ ਕੀਮਤ ਹੈਗੀ ਆ ਜੀ 2.25 ਲੱਖ ਰੁਪਈਆ। 2.25 ਲੱਖ ਰੁਪਈਆ? ਹਾਂਜੀ। ਤੇ 20 ਕਿਲੋ ਦੁੱਧ ਪੂਰਾ ਜੋ ਕੇ? ਮੈਂ ਨਾ ਭਾਵੇਂ ਕੋਈ 5 ਟਾਈਮ ਚੋਵੇ। ਚਲੋ ਉੱਧਰ ਆ ਜਾਓ। ਇਹ ਭਾਈ ਜੀ, ਇਹ ਮੱਝ ਆ ਜੀ, ਇਹ ਵੀ ਤਿੱਜੇ ਸੂਏ ਆ। ਹਾਂਜੀ, ਇਹ ਆਪਾਂ ਪਹਿਲਾਂ ਲੈ ਕੇ ਆਏ ਹਾਂ। ਹਾਂਜੀ, ਤੇ 2 ਸੂਏ ਆਪਾਂ ਇਹਦੇ ਚੋਏ ਆ ਜੀ। ਹੁਣ ਗੱਭਣੇ? ਹਾਂਜੀ, ਇਹ ਗੱਭਣੇ ਆ ਜੀ। ਅੱਛਾ, ਇਹ ਦੁੱਧ ਹੁਣ ਕਿ? ਹਾਂਜੀ, ਇਹਦੇ 7 ਦਿਨ ਰਹਿੰਦੇ ਆ, ਲੈ ਦਿਨ ਪੂਰੇ ਹੋਣ ਚ। 7 ਦਿਨ ਰਹਿੰਦੇ ਆ? ਹਾਂਜੀ, ਠੀਕ ਆ। ਮੰਨੋ ਇਹ ਦੁੱਧ ਫਿਰ ਕਿੰਨਾ ਕਰੂ ਭਾਈ ਜੀ? ਫਿਰ ਜੀ ਪਹਿਲੇ ਸੂਏ ਦਿੱਤਾ ਨੇ 14 ਲੀਟਰ ਦੁੱਧ। ਪਹਿਲੇ ਸੂਏ? ਹਾਂਜੀ, ਠੀਕ ਆ। ਦੂਜੇ ਦਿੱਤਾ ਜੀ ਇਹਨੇ 18 ਲੀਟਰ ਦੁੱਧ। ਐ ਕੀ ਤੀਜਾ ਸੋਣੀ ਆ? ਐ ਕੀ ਤੀਜਾ, ਵੇਖੋ ਹੁਣ। ਠੀਕ ਆ ਜੀ, ਮੰਨ ਕੇ ਚੱਲਣਾ ਤੁਸੀਂ। ਹਾਂਜੀ, 2-4 ਕਿਲੋ ਹੋ ਗਿਆ। ਠੀਕ ਆ। ਤੇ ਭਾਈ ਜੀ ਫਿਰ ਇਹਦੀ ਕੀਮਤ? ਹਾਂਜੀ, ਇਹਦੀ ਕੀਮਤ? ਇਹਦੀ ਕੀਮਤ ਜੀ 1,60,000 ਰੁਪਈਆ। 1,60,000 ਰੁਪਈਆ? ਹਾਂਜੀ। ਚਲੋ ਆ ਜਾ, ਮੁਕਰੇ ਕਰ ਦਿਓ ਮਾਨਦਾਨ। ਮਾਨਦਾਨ ਕਰਾਂਗੇ। ਇਧਰ ਆ ਜਾਓ ਫਿਰ। ਇਹ ਜੀ, ਇਹ ਵੀ ਤਿੱਜੇ ਤੁਸੀਂ ਮਾਝ ਆ ਜੀ। ਇਹ ਵੀ ਗੱਬਣੀ ਆ? ਹਾਂਜੀ, ਇਹ ਵੀ ਗੱਬਣਿਆ, ਇਹਦੇ ਦਿਨ ਪੂਰੇ ਆ ਜੀ। ਠੀਕ ਆ। ਹਾਂਜੀ, ਹੁਣ ਡੰਗਰ ਇੱਕ ਅੱਧਾ ਦਿਨ ਉੱਤੇ ਲੈ ਦੇ, ਚਾਹੇ ਕੱਲ ਨੂੰ ਸੂਬੇ, ਅੱਜ ਸੂਬੇ। ਹਾਂਜੀ ਹਾਂਜੀ, ਹਾਂਜੀ ਲਓ ਜੀ, ਇਹ ਵੀ ਗੱਬਣੀ ਆ। ਇਹ ਦੁੱਧ ਫਿਰ ਕਿੰਨਾ ਕੀਤਾ ਬਾਈ ਜੀ ਨੇ? 17 ਕਿਲੋ ਦੁੱਧ ਆਪਾਂ ਚੋਇਆ ਜੀ ਇਹਦਾ। 17 ਕਿਲੋ? ਹਾਂਜੀ, ਠੀਕ ਆ। ਬਹੁਤ ਬੰਦ ਬੰਦ ਹੋ ਜੀ ਉੱਥੇ। ਤੇ ਚੰਗੇ ਟੀਕੇ ਲੱਗੇ ਜੀ ਇਹਨਾਂ ਨੂੰ? ਹਾਂਜੀ ਹਾਂਜੀ, ਇਹਨਾਂ ਨੂੰ ਜੀ ABC ਸੀਮਨ ਲੱਗਾ ਜੀ। ਅੱਛਾ, ABC? ਹਾਂਜੀ, ਵੀਰਾ ਵਾਲੇ ਹਨਾ। ਉਹਨਾਂ ਜੀ ਕਿਹੜਾ ਲੱਗਾ? ਉਹ ਯਾਰ ਕਾਪੀ ਤੇ ਲਿਖਿਆ, ਇਸ ਤਰ੍ਹਾਂ ਮੈਨੂੰ ਯਾਦ ਨਹੀਂ ਆ। ਚਲੋ, ਇਹਦੀ ਫਿਰ ਕੀਮਤ? ਇਹਦੀ ਕੀਮਤ 1,40,000 ਰੁਪਈਆ। 1,40,000 ਰੁਪਈਆ? ਹਾਂਜੀ, ਬਸ ਆਹੀ ਹੈ ਜੀ। ਹਾਂਜੀ, ਇਹੋ ਪਸ਼ੂ ਆ, ਬਾਕੀ ਆ ਆਪਣੇ ਇਹ ਕੱਟੇ ਕੱਟੇ ਆ, ਆਹ ਬਿਲਕੁਲ ਕੱਟੇ ਵਿੱਚ ਤਿਆਰ ਹੋਈ ਜਾਂਦੀ ਆ। ਚਲੋ ਦੇਖੋ ਜੀ, ਆਹ ਪਸ਼ੂ ਬਾਈਆਂ ਕੋਲ ਚੁਆਈ ਕਰਕੇ ਚੈੱਕ ਕਰਕੇ ਪਾਸ ਕਰ ਲੈ ਜੇ, ਆ ਜਾਓ, ਹਨਾ ਭਾਈ ਜੀ? ਸਹੀ ਹੈ ਨਾ ਜੀ? ਹਾਂਜੀ ਹਾਂਜੀ। ਚਲੋ, ਨੰਬਰ ਬੋਲੋ ਜੀ। ਨੰਬਰ ਜੀ 99146। ਹਾਂਜੀ, 7311 ਜੀ। ਪਿੰਡ ਤੁਹਾਡਾ? ਪਿੰਡ ਗਲਾਲੀਪੁਰ, ਜ਼ਿਲ੍ਹਾ ਤੇ ਤਹਿਸੀਲ ਤਰਨ ਤਾਰਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।